ਫਾਜ਼ਿਲਕਾ ਦੇ ਪਿੰਡ ਜੋਧਪੁਰ ਦੇ ਕਿਸਾਨ ਕੁਲਵੰਤ ਸਿੰਘ ਨੇ ਕਰੀਬ 6 ਦਿਨ ਪਹਿਲਾਂ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਪਰਿਵਾਰ ਦੇ ਦੋਸ਼ ਹਨ ਕਿ ਕਿਸਾਨ ਦੀ ਜ਼ਮੀਨ ਤੇ ਕੁਝ ਲੋਕਾਂ ਨੇ ਜਬਰਨ ਕਬਜ਼ਾ ਕਰ ਲਿਆ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਇੱਕ ਖੌਫਨਾਕ ਕਦਮ ਚੁੱਕਿਆ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ, ਪਰ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਨਾਰਾਜ਼ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਫਾਜ਼ਿਲਕਾ ਦੇ SSP ਦਫ਼ਤਰ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਦਿੱਤਾ ਤੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਉਹ ਕਿਸਾਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਸਾਡੀ ਨਾ ਇੱਕ 6 ਕਨਾਲਾਂ ਪੈਲੀ ਸੀਗੀ, ਉਹਦੇ ਤੇ ਇਹ ਦੋਸ਼ੀਆਂ ਨੇ ਨਜਾਇਜ਼ ਤੌਰ ਤੇ ਮਤਲਬ ਕਬਜ਼ਾ ਕੀਤਾ। ਜਦੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ। ਉਸ ਦੇ ਮਤਲਬ ਡਰ ਦੇ ਵਿੱਚ ਆ ਕੇ ਉਹ ਚੀਜ਼ਾਂ ਨੂੰ ਨਾ ਸਹਾਰਦੇ ਮੇਰੇ ਚਾਚਾ ਜੀ ਨੇ ਮਤਲਬ ਆ ਕੇ ਕੋਈ ਜ਼ਹਿਰੀਲੀ ਚੀਜ਼ ਮਤਲਬ ਪੀ ਲਈ ਆ ਅਤੇ ਜਿਹਦੇ ਨਾਲ ਉਹਦੀ ਡੈਥ ਹੋ ਗਈ। ਨਹੀਂ ਜੀ, ਪਿੰਡ ਦੇ ਲੋਕ ਆ ਜੀ, ਕੁਛ ਚੱਲੇ ਆ ਸਰ, ਪਰ ਉਹ ਕੋਈ ਸਾਡੇ ਸੰਤੁਸ਼ਟੀ ਨਹੀਂ ਕਹਿ ਸਕਦੇ ਕਿ ਉਹ ਤਾਂ ਬਸ ਇੱਕ ਗੱਲ 'ਤੇ ਤੁਸੀਂ ਸੰਸਕਾਰ ਕਰ ਦਿਓ, ਪਰ ਅਸੀਂ ਉਸ ਚੀਜ਼ 'ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਕੋਈ ਦੋਸ਼ੀਆਂ 'ਚੋਂ ਫੜਿਆ ਵੀ ਜਾਣਾ ਚਾਹੀਦਾ ਨਾ ਜੀ, ਜਿੰਨਾ ਚਿਰ ਦੋਸ਼ੀ ਨਹੀਂ ਫੜੇ ਜਾਂਦੇ ਉਨਾ ਟਾਈਮ ਸਾਡਾ ਕੋਈ ਸੰਸਕਾਰ ਦੀ ਇੱਛਾ ਨਹੀਂ ਜੀ। ਫੈਸਲਾ ਇਹ ਲਿਆ ਵੀ ਅਗਰ ਸੰਸਕਾਰ ਨਹੀਂ ਹੁੰਦਾ ਤਾਂ ਅਸੀਂ ਜਿੱਥੇ ਜਿੱਥੇ ਵੀ ਜੋ ਵੀ ਧਰਨਾ ਜਿੱਥੇ ਲਾਉਣਾ ਤਾਂ ਲਾਵਾਂਗੇ। ਉਹਦੇ ਵਿੱਚ ਜੋ ਮੁੱਖ ਦੋਸ਼ੀ ਹੈ ਜੀ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ, ਅਸੀਂ SSP ਦਫ਼ਤਰ ਅੱਗੇ ਰੋਸ ਮੁਜ਼ਾਹਰੇ ਵੱਲੋਂ ਬੈਠੇ। ਮਾਮਲਾ ਇਹ ਹੈ ਜੀ, ਇਹਨਾਂ ਦੀ ਗਲਤ ਤਰੀਕੇ ਨਾਲ, ਨਜਾਇਜ਼ ਤਰੀਕੇ ਨਾਲ ਗਰਦਾੜੀਆਂ ਤੜਾਈਆਂ ਗਈਆਂ, ਫਿਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਬਾਅਦ ਪ੍ਰੈਸ਼ਰ ਦੇ ਵਜੋਂ ਕੁਲਵੰਤ ਸਿੰਘ ਜੀ ਨੇ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਆਪਦੀ ਜੀਵਨ ਲੀਲਾ ਸਮਾਪਤ ਕੀਤੀ ਹੈ ਜੀ। ਅਤੇ 6 ਦਿਨ ਅੱਜ ਪ੍ਰਸ਼ਾਸਨ ਵੱਲੋਂ ਬਹੁਤ ਢਿੱਲ ਕੀਤੀ ਜਾ ਰਹੀ ਹੈ, ਇੱਕ ਵੀ ਮੁੱਖ ਮੁਜਰਮ ਫੜ ਕੇ ਇਸ ਇਲਾਕਿਆਂ ਦੇ ਪਿੱਛੇ ਨਹੀਂ ਲਿਆਂਦਾ ਗਿਆ। FIR ਹੋਈ ਹੈ ਜੀ, 4 ਬੰਦਿਆਂ ਦੇ ਖਿਲਾਫ਼ FIR ਹੋਈ ਹੈ ਜੀ, 4 'ਚੋਂ ਇੱਕ ਵੀ ਬੰਦਾ ਅਜੇ ਤੱਕ ਪੁਲਿਸ ਨੂੰ ਬਰਾਮਦ ਨਹੀਂ ਹੋਇਆ। ਇੱਕ ਕੁਲਵੰਤ ਸਿੰਘ, ਇੱਕ ਅਬੋਹਰ ਸਾਈਡ ਦਾ, ਉਹਨੇ ਸੁਸਾਈਡ ਕਮਿਟ ਕੀਤੀ ਹੈ ਅਤੇ ਉਹਨੇ 4 ਬੰਦੇ ਨਾਮ ਲਿਖਾਏ ਆ। ਅਸੀਂ ਉਹਨਾਂ ਦੇ ਨਾਲ ਤੁਰੰਤ ਹੀ FIR ਦਰਜ ਕਰਕੇ ਅਤੇ ਜੋ ਵੀ ਹੁਣ ਬਣਦੀ ਕਾਰਵਾਈ ਉਹ ਵਿੱਚ ਲਿਆਵਾਂਗੇ। ਜਿਉਂ ਜਿਉਂ ਤੱਥ ਜਿਹਦੇ ਜਿਹਦੇ ਸਾਹਮਣੇ ਖਿਲਾਫ਼ ਸਫ਼ਾ ਮਿਸਲ 'ਤੇ ਆਉਣਗੇ ਤਿਉਂ ਤੋਂ ਕਾਰਵਾਈ ਕੀਤੀ ਜਾਵੇਗੀ। ਫੈਮਿਲੀ ਮੈਂਬਰਸ ਨੂੰ ਬੁਲਾਇਆ ਕਿ ਉਹਨਾਂ ਦਾ ਗ੍ਰੀਵੈਂਸ ਕੀ ਹੈ, ਉਹ ਸੁਣ ਕੇ ਤਾਂ ਫਿਰ ਆਪਾਂ ਜਲਦੀ ਰਿਜ਼ੋਲਵ ਕਰ ਦੇਣਾ। ਕੋਈ ਗੱਲ ਨਹੀਂ, ਨੋਰਮਲ ਇਸ਼ੂ ਹੈ, ਅਜੇ ਮੈਂ ਕਨਫਰਮ ਨਹੀਂ ਕਰ ਸਕਦਾ, ਅਤੇ ਜਿਉਂ ਜਿਉਂ ਸਬੂਤ ਆਉਣਗੇ ਤਿਉਂ ਤੋਂ ਕਾਰਵਾਈ ਕੀਤੀ ਜਾਵੇਗੀ।